जैतो दी अनाज मंडी दे विच पिछले कई दिनों तो झोना ना सुके जाण लैके किसानां विच भारी रोस पाया जा रहा है। इस मौके ते किसानां ने कहा कि झोना सुका होण दे बावजूद भी झोना नहीं चुक्या जा रहा, जिस नूं कि लैके किसानां दे विच भारी रोस पाया जा रहा है। तो किसानां दे विच भारी रोस जिथे कि झोना सुका होण दे बावजूद भी चुक्या नहीं जा रहा, जिस दे करके किसान काफी ज्यादा परेशान नजर आए ने ते भारी रोस उन्हां किसानां दे विच पाया जा रहा है। नमस्कार जी, मैं बिपन गोयल ते तुसीं देख रहे हो इंडिया न्यूज़ पंजाब। असीं खड़े हाँ जैतो दी अनाज मंडी दे विच, जिथे तुसीं देख सकते हो भी जिहड़े हैगे अनाज दे वड्डे वड्डे ढेर लगे हुए है। की कारण है, क्यों नहीं जिहड़ा हैगा इह झोना चुक्या जा रहा है? साडे नाल जिमीदार मौजूद है। बई जी, किन्ना समा हो गया बैठण तों? सानूं जी 20 दिन हो गए बैठे नूं, ते सुक्का झोना जमा 11 झोना ਇਹ ਤੇ ਕਰੇ ਗੌਰਮੈਂਟ ਖਰੀਦ ਨਹੀਂ ਰਹੀ ਜੀ। ਬੈਠੇ ਰਾਤ ਬੈਠਿਆਂ ਕੋਈ ਗੱਲ ਨਹੀਂ ਜੀ, ਰਾਤ ਦਿਨ ਬੈਠਣਾ ਪੈਂਦਾ। ਫਿਰ ਸਾਨੂੰ ਨਾਕੇ ਲਾਉਣੇ ਪੈਣਗੇ, ਨਾਕਾ ਲਾਇਆ ਫਿਰ ਸਾਨੂੰ ਆਖਣਗੇ ਜਰਾ ਸੜਕ ਵਾਲ ਲਈ। ਬਿਲਕੁਲ, ਕੀ ਕਾਰਨ ਕੀ ਹੈ, ਕਿਉਂ ਨਹੀਂ ਚੱਕਿਆ ਜਾ ਰਿਹਾ? ਕੋਈ ਆ ਰਹੀ ਨਹੀਂ ਇਹ ਸੈਲਰੀ ਨਹੀਂ ਖਰੀਦ ਰੱਖ ਰਿਹਾ ਜੀ। ਅੱਛਾ ਜੀ, ਸੈਲਰ ਨਾ ਕਹਿੰਦੇ ਸਾਡੇ ਘਰ ਰੱਖਦੇ ਨਹੀਂ ਸੀ। ਜਿਮੀਦਾਰ ਦਾ ਕੀ ਕਸੂਰ ਹੈ ਜੀ? ਜਿਮੀਦਾਰ ਦਾ ਡੱਕਾ ਵੀ ਨਹੀਂ, ਡੱਕਾ ਦਾ ਜਿਮੀਦਾਰ ਝੋਨਾ ਗਿੱਲਾ ਫੇਰ ਰੱਖ ਸਕਦੇ ਗਿੱਲਾ, ਸਾਡਾ ਕਹਿੰਦਾ ਜਮਾਂ ਸੁੱਕਾ ਇੱਕ ਲੰਬਰ ਝੋਨਾ ਜੀ 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 ਉਹਦੇ ਨੁਕਸ ਕੱਢ ਕੇ ਉਖਾਵੇ। ਕਿੰਨੇ 20 ਦਿਨ ਹੋ ਗਏ ਬੈਠਿਆਂ ਨੂੰ? ਹਾਂ ਸਾਨੂੰ 20 ਬਿਲਕੁਲ ਆਪਾਂ ਹੋਰ ਵੀ ਗੱਲਬਾਤ। ਭਾਈ ਕਿੰਨੇ ਦਿਨ ਹੋ ਗਏ ਬੈਠੇ? ਅੱਜ 17-18 ਤੋਂ ਉੱਤੇ ਹੋ ਗਏ ਜੀ, ਤੇ 11 ਝੋਨਾ ਮੇਰਾ ਜਮਾਂ ਰੋਡ ਅਰ ਗਿਆ। ਕਹਿੰਦੇ 19 ਮੁਕਚਰ ਆਉਂਦਾ ਹੈ, ਰਾਨੀ ਕੰਪਨੀ ਖਰੀਦੂਗੀ, ਝੌਂਕੀ ਖਰੀਦੂਗੀ, ਸਾਨੂੰ ਤਾਂ ਸਮਝ ਤੋਂ ਬਾਹਰ ਹੈ ਕੰਮ ਜੀ। ਪਹਿਲਾਂ ਹੀ ਕਹਿ ਦਿੰਦਾ ਵੀ ਨਾ ਬੀਜੋ ਝੋਨਾ ਤੁਸੀਂ, ਅਸੀਂ ਨਾ ਬੀਜਦੇ। ਬਿਲਕੁਲ, ਇਹਦੇ 'ਚ ਕੀ ਸੀਗਾ? ਬਿਲਕੁਲ ਭਾਈ, ਕਿੰਨਾ ਚਿਰ ਹੋ ਗਏ ਬੈਠੇ? ਮੈਨੂੰ ਜੀ 15 ਦਿਨ ਹੋ ਗਏ। ਹਾਂਜੀ, ਤੇ ਸੁੱਕਾ ਝੋਨਾ ਜੀ ਤੇ ਖਰੀਦ ਨਹੀਂ ਰਹੀ ਸਰਕਾਰ, ਖਰੀਦੀ ਰਹੀ ਗਈ। ਹਾਂ, ਇਹ ਜਿਹੜੇ ਇੰਸਪੈਕਟਰ ਆਏ ਜਾਂਦੇ, ਸਾਡਾ ਸ਼ੈਲਰਾਂ ਨਾਲ ਰੌਲਾ ਚੱਲਦਾ ਵੀ ਰੌਲਾ ਇਹਨਾਂ ਦਾ ਸ਼ੈਲਰਾਂ ਨਾਲ ਹੋਊਗਾ, ਜਿਮੀਦਾਰਾਂ ਨਾਲ ਕਹਿੰਦਾ ਰੌਲਾ। ਬਿਲਕੁਲ, ਜਿਮੀਦਾਰਾਂ ਦਾ ਕੋਈ ਕਸੂਰ ਨਹੀਂ, ਸੁੱਕੀ ਫਸਲ ਲਿਆਏ ਆ, ਆਪ ਕਹਿ ਕੇ ਇਹਨੇ ਬੀਂ ਬਜਾਏ ਆ, ਉਹ ਝੋਨੇ ਆ ਸੁੱਕੇ ਝੋਨੇ ਆ। ਬਿਲਕੁਲ, ਨਾ ਬਾਰਦਾਨਾ ਦੇ ਰਿਹਾ, ਨਾ ਭਾਅ ਲਾ ਰਿਹਾ ਜੀ। ਤਨਖਾਹਾਂ ਲਈ ਜਾਂਦੇ ਆ, 2-2 ਲੱਖ ਰੁਪਇਆ ਤਨਖਾਹ ਪਈ ਜਾਂਦੀ ਆ, ਚੰਗੀਆਂ ਏਸੀਆਂ 'ਚ ਬੈਠੇ ਆ, ਜਿਮੀਦਾਰ ਇੱਥੇ ਰੁੜੀ ਜਾਂਦਾ ਕੰਡ 'ਚ, ਲੇਬਰ ਭੁੱਖੀ ਮਰੀ ਜਾਂਦੇ ਆ, ਲੇਬਰ ਨੂੰ ਕੰਮ ਨਹੀਂ ਮਿਲਦਾ। ਬਿਲਕੁਲ ਜੀ, ਜੇ ਕੱਟੇ ਭਰਨਗੇ ਤਾਂ ਲੇਬਰ ਨੂੰ ਪੈਸੇ ਬਣਨਗੇ, ਲੇਬਰ ਕਿੱਧਰ ਨੂੰ ਜਾਵੇ? ਗਰੀਬ ਬੰਦੇ ਆ, ਗਰੀਬ ਬੰਦੇ ਹੈਗੇ। ਬਿਲਕੁਲ, ਹੁਣ ਤੁਸੀਂ ਕੀ ਮੰਗ ਕਰਦੇ ਹੋ, ਕੀ ਹੋਣਾ ਜੀ? ਮੰਗਦਾ ਕਰਨਾ ਵੀ ਸਾਡੇ ਸੁੱਕੇ ਝੋਨੇ ਆ, ਭਾਅ ਲਾਵੇ ਆ ਕੇ, ਨਹੀਂ ਲਾਉਂਦਾ ਫਿਰ ਅਸੀਂ ਸੜਕਾਂ ਬੰਦ ਕਰਾਂਗੇ। ਬਿਲਕੁਲ ਬਿਲਕੁਲ, ਫਿਰ ਸਾਡੇ ਤਾਂ ਮਜਬੂਰੀ ਆ। ਸਾਡੇ ਨਾਲ ਲੇਬਰ ਵਾਲੇ ਵੀ ਮੌਜੂਦ ਨੇ। ਬਾਈ ਜੀ ਕਿੰਨੇ ਦਿਨ ਹੋ ਗਏ? ਕੀ ਇਹਨਾਂ ਨੂੰ ਮਹੀਨਾ ਮਹੀਨਾ ਹੋ ਗਿਆ, ਅਸੀਂ ਤਰਪਾਲ ਢੱਕ ਦਿੰਦੇ ਆ, ਲਾ ਦਿੰਦੇ ਹਾਂ, ਸੁਣ ਲੈ, ਨਾ ਤਾਂ ਇੱਥੇ ਬੋਲੀ 1000 ਗੱਟੇ ਦੀ ਵੀ ਨਹੀਂ ਲਾਉਂਦਾ, 100 ਬੋਰੀ ਚੋਂ 100 ਗੱਟੇ ਦੀ ਢੇਰੀ ਦੇ ਭਾਅ ਲਾਉਂਦੇ ਆ। ਭਾਅ ਲਾਉਂਦੇ ਹੈਗੇ, ਬਿਲਕੁਲ ਬਿਲਕੁਲ। ਇਸ ਕਰਕੇ ਕਾਫੀ ਦਿੱਕਤ ਆਉਂਦੀ ਹੋਊ? ਬਾਲੀ ਦਿੱਕਤ, ਸਾਨੂੰ ਕਦੇ ਤਰਪਾਲ ਲਾਓ, ਕਦੇ ਪਾਓ, ਕਦੇ ਖਿਲਾਰੋ, ਇਹਨੂੰ ਗੱਲ ਸੁਣ ਲੈ, ਇਹ ਸੁੱਕਦਾ ਤਾਂ ਹੈ ਨਹੀਂ, ਸੁੱਕਾ ਪਿਆ ਝੋਨਾ, ਇਹਨੂੰ ਵੀ ਫਿਰ ਖਿਲਾਰੋ, ਫਿਰ ਖਿਲਾਰੋ। ਹਾਂ, ਵੀ ਜਾਣ ਕੇ ਤੰਗ ਪਰੇਸ਼ਾਨ ਕਰ ਰਹੇ ਆ, ਬਾਲੇ ਪਰੇਸ਼ਾਨ ਕਰੀ ਜਾਂਦੇ। ਬਿਲਕੁਲ, ਹੁਣ ਕੀ ਮੰਗ ਕਰਦੇ ਹੋ, ਕੀ ਹੋਣਾ ਚਾਹੀਦਾ? ਮਾਲ ਤੁਰਨਾ ਚਾਹੀਦਾ, ਮਾਲ ਵਿਚਾਰੇ, ਜ਼ਿਮੀਦਾਰ ਵੀ ਔਖੇ, ਲੇਬਰ ਵੀ ਔਖੀ। ਬਿਲਕੁਲ ਬਿਲਕੁਲ, ਆਪਾਂ ਹੋਰ ਵੀ ਤਾਂ ਇਹੀ ਕਹਿਣਾ ਸੀਗਾ ਵੀ ਕਿਸਾਨਾਂ ਦਾ ਵੀ ਮਤਲਬ ਕਿ ਜਿਹੜਾ ਹੈਗਾ ਇੱਥੋਂ ਜਿਹੜਾ ਹੈਗਾ ਸ਼ਿਫਟ ਕਰਨ ਲਈ ਤਿਆਰ ਹੋਏ ਪਏ ਹੈਗੇ, ਮਤਲਬ ਕਿ 20-20 ਦਿਨ ਹੋ ਗਏ, 10-10 ਦਿਨ ਹੋ ਗਏ ਜਿਹੜੀ ਹੈਗੀ ਇਹਨਾਂ ਦਾ ਮਾਲ ਨਹੀਂ ਚੁੱਕਿਆ ਜਾ ਰਿਹਾ ਹੈਗਾ, ਅੱਕ ਕੇ ਜਿਹੜਾ ਹੈਗਾ ਹੁਣ ਕਿਸਾਨ ਵਿਚਾਰਾ ਕੀ ਕਰੇ? ਹੁਣ ਦੇਖਣਾ ਇਹ ਹੋਵੇਗਾ ਕਿ ਮਤਲਬ ਕਿ ਖਬਰ ਤੋਂ ਬਾਅਦ ਕੋਈ ਇਹਨਾਂ ਦੀ ਸੁਣਵਾਈ ਹੋਵੇਗੀ ਜਾਂ ਇਸੇ ਹੀ ਤਰ੍ਹਾਂ ਚੱਲੇਗਾ, ਇਹ ਤਾਂ ਆਉਣ ਵਾਲਾ ਸਮੇਂ ਦੱਸੇਗਾ। ਕੈਮਰਾਮੈਨ ਕੁਲਦੀਪ ਦੇ ਨਾਲ ਬਿਪਨ ਗੋਇਲ, ਇੰਡੀਆ ਨਿਊਜ਼ ਪੰਜਾਬ, ਜੈਤੋ।